ਕੱਲ ਤੋਂ ਅਸੀਂ ਆਏ ਸੀ ਮੈਂ ਕੱਲ ਆਏ ਸੀਗੇ ਤੁਹਾਡੀ ਕੋਈ ਪ੍ਰੋਬਲਮ ਸੀਗੀ ਤੁਸੀਂ ਪ੍ਰੋਬਲਮ ਇੱਕ ਵਾਰ ਡਿਸਕਸ਼ਨ ਕਰੀ ਕੀ ਪ੍ਰੋਬਲਮ ਸੀ ਸਰ ਮੈਨੂੰ ਬੈਕ ਪੇਨ ਸਟਾਰਟ ਹੋਈ ਸੀ 9 ਮਹੀਨੇ ਪਹਿਲਾਂ ਅਤੇ ਸਾਰੀ ਲੈਕਚਰ ਪੇਨ ਜਾ ਰਹੀ ਸੀ ਬਹੁਤ ਜ਼ਿਆਦਾ ਅਤੇ ਮੈਂ ਮੈਲਬਰਨ ਤੋਂ ਹਾਂ ਉੱਧਰ ਵੀ ਬਹੁਤ ਕੁਛ ਕੀਤਾ ਸਾਰਾ ਕੁਛ ਫਿਜ਼ੀਓਥੈਰੇਪੀ ਐਕਿਊਪੰਕਚਰ 15-20 ਦਿਨ ਲਾਈਵ ਸੈਸ਼ਨ ਰੈਗੂਲਰ ਅਤੇ ਲਾਈਫ 'ਚ ਮਤਲਬ ਫੁੱਲ ਸਟਾਪ ਪੈ ਗਿਆ ਸੀ ਸਾਰਾ ਪਹਿਲੀ ਵਾਰੀ ਮੇਰਾ ਲੋਅਰ ਹੁਣ ਫਸਟ ਸੈਸ਼ਨ ਹੈ ਤੇ ਮੋਰ ਦੈਨ 60-70% ਵੀ ਕੈਨ ਸੇ ਇਟ ਹੈਜ਼ ਬੀਨ ਰਿਕਵਰਡ ਸਟ੍ਰੇਟ ਅਵੇ ਇਨ ਫਸਟ ਸੈਸ਼ਨ and sir has been saying that another 2-3 sessions and should be like more than 95% should be done, so let's see how it goes. Kal rahega ehi dasso kal rahega ehda matlab ghare vi nahi dassya ali ki kal rona nikal gaya thoda kyon thoda painful hai ekdam like you know 7-8 months pehli bari thoda ਕਿਉਂਕਿ ਪੇਨ ਕਹਿੰਦਾ ਤੁਹਾਨੂੰ ਪਤਾ ਨੀ ਲੱਗਣਾ ਇਹਦਾ ਚੱਕਦਾ ਘਰ ਵਿੱਚ ਥੋੜਾ ਜਿਹਾ ਦੇਣਾ ਪਊ ਓਕੇ ਈਜ਼ੀ ਹਲਕਾ ਜਿਹਾ ਦੂੰਗਾ ਜ਼ਿਆਦਾ ਨਹੀਂ ਈਜ਼ੀ ਜਸਟ ਈਜ਼ੀ ਬੋਡੀ ਲਾਈਨ ਰਿਵਰਸ ਨਹੀਂ ਕਰਨਾ ਡਾਕਟਰ ਨਹੀਂ ਕਰੇ ਬਟ ਮਤਲਬ ਦੇਖਦੇ ਸਾਰੇ ਲਾਈਕ ਬਿਜ਼ੀ ਫਰਕ ਪੈ ਗਿਆ ਠੀਕ ਹੈ ਥੈਂਕ ਯੂ ਕਹਿ ਕੇ ਜਾਓਗੇ ਬਹੁਤ ਵੱਡਾ ਨਹੀਂ ਤਾਂ ਫਿਰ ਬਾਕੀ ਸਾਰਾ ਕੁਝ ਤਾਂ ਹੈਗਾ ਹੀ ਹੈ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸਰ